ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਐਸਟੀਮੇਟ ਵਾਲੇ ਟੀਮ ਵੱਲੋਂ। ਐਸਟੀਮੇਟ ਵਾਲੇ ਟੀਮ ਦਾ ਮਕਸਦ ਸਾਫ਼ ਹੈ, ਕਸਟਮਰ ਦੀ ਸੈਟੀਸਫੈਕਸ਼ਨ। ਇਸੇ ਸੈਟੀਸਫੈਕਸ਼ਨ ਦੇ ਲਈ ਅਸੀਂ ਪਹੁੰਚਦੇ ਹਾਂ ਹਰ ਪਿੰਡ, ਹਰ ਸ਼ਹਿਰ ਦੇ ਵਿੱਚ ਅਤੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਮੋਬਾਈਲ ਰਿਪੇਅਰ ਐਕਸਪਰਟਸ ਨੂੰ। ਇਸੇ ਮਕਸਦ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ। ਅੰਮ੍ਰਿਤਸਰ ਦੇ ਵਿੱਚ ਮਾਰਕੀਟ ਦਾ ਨਾਮ ਹੈ ਲਿਬਰਟੀ ਮਾਰਕੀਟ। ਲਿਬਰਟੀ ਮਾਰਕੀਟ ਦੇ ਵਿੱਚ 26 ਨੰਬਰ ਸ਼ੌਪ ਹੈ ਆਈ ਟੀਮ ਦੇ ਨਾਮ ਦੇ ਉੱਤੇ, ਜੋ ਕਿ ਐਪਲ ਐਕਸਪਰਟ ਨੇ। ਜਿੱਦਾਂ ਕਿ ਇਹਨਾਂ ਨੇ ਰਜਿਸਟ੍ਰੇਸ਼ਨ ਕੀਤੀ ਕਿ ਐਪਲ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਹਾਰਡਵੇਅਰ ਦੀ, ਤਾਂ ਉਹ ਇਹ ਬਹੁਤ ਈਜ਼ੀਲੀ ਇਹਨੂੰ ਸੋਲਿਊਸ਼ਨ ਕਰ ਸਕਦੇ ਨੇ। ਇਸੇ ਚੀਜ਼ ਨੂੰ ਅਸੀਂ ਵੈਰੀਫਾਈ ਕਰਨ ਪਹੁੰਚੇ ਹਾਂ। ਅੱਜ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਟੂਲਸ ਐਂਡ ਟੈਕਨੋਲੋਜੀਸ ਬਾਰੇ ਵੀ ਜਾਣਕਾਰੀ ਲਵਾਂਗੇ, ਪਲੱਸ ਇਹਨਾਂ ਦੇ ਐਕਸਪੀਰੀਅੰਸ ਬਾਰੇ ਜਾਣਾਂਗੇ ਕਿ ਇਹਨਾਂ ਨੂੰ ਇਸ ਲਾਈਨ ਦਾ ਕਿੰਨਾ ਐਕਸਪੀਰੀਅੰਸ ਹੈ। ਆਓ ਦੇਖੀਏ। ਕੋਈ ਵੀ ਪ੍ਰੋਬਲਮ ਆਵੇ ਫੋਨ ਦੇ ਵਿੱਚ ਜੀ, ਚਾਹੇ ਸੈੱਟ ਗਿਰਿਆ ਆਇਆ ਵਾ, ਸੈੱਟ ਬਰਨਡ ਹੈ, ਸੈੱਟ ਵਾਟਰ ਡੈਮੇਜ ਹੈ, ਕੋਈ ਵੀ ਪ੍ਰੋਬਲਮ ਆਈ ਹੈ, ਸੈੱਟ ਦੇ ਦੋ ਹਿੱਸੇ ਹੋ ਗਏ, ਟੁੱਟ ਗਿਆ, ਡਿੱਗ ਗਿਆ, ਕੋਈ ਵੀ ਫਾਲਟ ਹੋਵੇ ਅਸੀਂ ਉਦੋਂ ਰਿਪੇਅਰ ਕਰਦੇ ਹਾਂ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੀਆਂ ਵੀ ਪ੍ਰੋਬਲਮਸ ਨੇ ਉਹਦਾ ਸੋਲੂਸ਼ਨ ਤੁਹਾਡੇ ਕੋਲ ਹੈਗਾ ਜੀ। ਚਾਹੇ ਉਹ ਬਰਨ ਹੈ ਸੈੱਟ, ਭਾਵੇਂ ਗਿਰਿਆ ਸੈੱਟ, ਭਾਵੇਂ ਉਹਨੂੰ ਕੋਈ ਵੀ ਪ੍ਰੋਬਲਮ, ਕੋਈ ਵੀ ਪ੍ਰੋਬਲਮ ਐਨੀ ਇਸ਼ੂ, ਕੋਈ ਵੀ ਫਾਲਟ ਹੈਗਾ ਉਹਦੇ ਵਿੱਚ ਆਪਾਂ ਰਿਪੇਅਰ ਕਰਦੇ ਹਾਂ ਜੀ। ਬਿਲਕੁਲ ਠੀਕ ਹੈ। ਜਿਵੇਂ ਕਿਸੇ ਕੋਲ ਸੈੱਟ ਡੈਡ ਪਿਆ ਕਸਟਮਰ ਕੋਲ, ਤੁਹਾਡੇ ਕੋਲ ਲਿਆਵੇ ਉਹਦਾ ਸੋਲੂਸ਼ਨ ਹੋ ਸਕਦਾ। ਬਿਲਕੁਲ ਜੀ, ਡਾਟਾ ਵੀ ਰਿਕਵਰੀ ਕਰਕੇ ਦਵਾਂਗੇ, ਉਹਦਾ ਡਾਟਾ ਵੀ ਬਚ ਜਾਏਗਾ ਕਸਟਮਰ, ਕਿ ਡਾਟਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਜੀ। ਅੱਜ ਕੱਲ੍ਹ ਦੀ ਪ੍ਰਾਇੋਰਿਟੀ ਇਹੀ ਹੈ ਕਿ ਕਸਟਮਰ ਦਾ ਡਾਟਾ ਇੰਪੋਰਟੈਂਟ ਹੁੰਦਾ, ਹਰ ਇੱਕ ਦੇ ਡਾਕੂਮੈਂਟਸ ਵਿੱਚ ਹੁੰਦੇ ਨੇ ਜੀ। ਇਸ ਕੰਮ ਦੇ ਲਈ ਕਿਹੜੇ ਕਿਹੜੇ ਟੂਲਸ ਤੁਸੀਂ ਯੂਜ਼ ਕਰਦੇ ਹੋ, ਵਿਊਅਰਸ ਨੂੰ ਦਿਖਾ ਸਕਦੇ ਹੋ? ਹਾਂਜੀ ਹਾਂਜੀ ਜੀ ਸਰ, ਆਓ ਸੀ ਹਾਂਜੀ। ਥੈਂਕ ਯੂ ਜੀ ਸਰ। ਸਰ ਜਿਸ ਤਰ੍ਹਾਂ ਕਿ ਆਪਣੀ ਕੋਈ ਵੀ ਕਸਟਮਰ ਆਉਂਦਾ ਆਪਣੇ ਕੋਲ ਜੀ, ਉਹਦੀ ਸਭ ਤੋਂ ਪਹਿਲਾਂ ਐਂਟਰੀ ਹੁੰਦੀ ਹੈ ਫੋਨ ਦੀ, ਕਿ ਹਾਂ ਵੀ ਕਿਸ ਪ੍ਰੋਬਲਮ 'ਚ ਆਇਆ, ਕੀ ਨਾਮ ਹੈ ਉਹਦਾ, ਫੋਨ ਨੰਬਰ ਉਹਦਾ, ਡਿਟੇਲ ਓਕੇ ਹੋ ਗਿਆ, ਫਿਰ ਉਹਦੀ ਸਲਿਪ ਲੱਗਦੀ ਹੈ ਕਿ ਉਹਦਾ ਕਸਟਮਰ ਦਾ ਕਿਧਰੇ ਕੋਈ ਪਾਰਟ ਮਿਸਪਲੇਸ ਨਾ ਹੋ ਜਾਏ। ਵੈਰੀ ਗੁੱਡ ਸਰ, ਮਤਲਬ ਡਾਟਾ ਐਂਟਰੀ, ਹਰ ਚੀਜ਼ ਦੀ ਐਂਟਰੀ ਹੁੰਦੀ ਹੈ। ਕਸਟਮਰ ਕਦੋਂ ਸਾਡੇ ਕੋਲ ਆਇਆ ਫੋਨ ਠੀਕ ਕਰਨ, ਕਸਟਮਰ 2 ਸਾਲ ਬਾਅਦ ਹੋਏ ਆ ਕੇ ਕਹੇਗਾ ਕਿ ਸਾਨੂੰ ਫੋਨ ਠੀਕ ਕਰਵਾਇਆ ਸੀ, ਕਿ ਸਾਡੇ ਕੋਲ ਹਰ ਚੀਜ਼ ਦੀ ਐਂਟਰੀ ਹੁੰਦੀ ਕਿ ਕਦੋਂ ਫੋਨ ਠੀਕ ਕਰਾਇਆ ਗਿਆ, ਹਰ ਚੀਜ਼ ਦਾ ਰਿਕਾਰਡ ਹੈਗਾ ਆਪਣੇ ਕੋਲ, ਬਕਾਇਦਾ ਕੰਪਿਊਟਰ ਵਿੱਚ ਵੀ ਚੜਿਆ ਹੁੰਦਾ ਰਿਕਾਰਡ ਆਪਣੇ ਕੋਲ। ਬਹੁਤ ਵਧੀਆ ਗੱਲ ਹੈ, ਕਸਟਮਰ ਲਈ ਸੈਟੀਸਫਾਈ। ਹਾਂਜੀ ਹਾਂਜੀ, ਕਸਟਮਰ ਲਈ ਈਜ਼ੀਲੀ ਰਹਿੰਦਾ ਕਿ ਉਹਦਾ ਸੈੱਟ ਵੀ ਇੱਧਰ ਉੱਧਰ ਨਹੀਂ ਹੁੰਦਾ। ਬਿਲਕੁਲ ਬਿਲਕੁਲ, ਕੋਈ ਵੀ ਯਾਦ ਰਹਿੰਦਾ ਕਿ ਕਸਟਮਰ ਦੀ ਬੈਗ ਦੇ ਉੱਤੇ ਪਰਚੀ ਲੱਗ ਜਾਂਦੀ, ਉੱਤੋਂ ਉਹਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਕਸਟਮਰ ਦੀ ਹੱਡੀ ਹੈ, ਇਹ ਕਸਟਮਰ ਦੀ ਡਿਸਪਲੇ ਹੈ, ਕਿ ਕਸਟਮਰ ਦਾ ਸਮਾਨ ਕਿਸੇ ਦਾ ਇੱਧਰ ਦਾ ਉੱਧਰ ਨਾ ਹੋ ਜਾਏ। ਬਸ ਉਸ ਕਰਕੇ ਆਪਾਂ ਸਾਰੀ ਚੀਜ਼ ਦੀ ਪ੍ਰੀਕੋਸ਼ਨਸ ਰੱਖ ਕੇ ਚੱਲਦੇ ਨਾਲ ਨਾਲ। ਹਾਂਜੀ, ਤਾਂ ਉਸ ਤੋਂ ਇਲਾਵਾ ਆਪਣੇ ਕੋਲ ਇਹ ਮੇਰਾ ਵਰਕਿੰਗ ਬੈਂਚ ਹੈ ਜਿੱਥੇ ਮੈਂ ਕੰਮ ਕਰਦਾ ਜੀ, ਉਹਦੇ ਵਾਸਤੇ ਸਾਨੂੰ ਟੂਲਸ ਵਗੈਰਾ ਚਾਹੀਦੇ, ਜਿਵੇਂ ਗਨ ਹੈ, ਮਾਈਕਰੋਸਕੋਪ ਹੈ, ਆਇਰਨ ਹੈ ਜੀ, ਡੀਸੀ ਸਪਲਾਈ ਹੈ, ਮਤਲਬ ਕਿ ਸਾਰਾ ਪ੍ਰੋਫੈਸ਼ਨਲ ਟੂਲਸ ਹੈ ਜਿੰਦੇ ਆਪਾਂ ਕੰਮ ਕਰਦੇ, ਕੋਈ ਲੋਕਲ ਟੂਲਸ ਨਹੀਂ, ਸਾਰੇ ਜਿਹੜੇ ਟੂਲਸ ਨੇ ਅਪ ਟੂ ਡੇਟ ਨੇ। ਹਾਂਜੀ, ਪਲੱਸ ਹਾਰਡਵੇਅਰ। ਇਹ ਹੁਣ ਕਸਟਮਰ ਦਾ ਫੋਨ ਆਇਆ ਸੀਗਾ ਸਾਡੇ ਕੋਲ 11 ਪ੍ਰੋ ਜੀ, ਇਹ ਕਸਟਮਰ ਦਾ ਸੈੱਟ ਪੂਰਾ ਬੈਂਡ ਸੀਗਾ, ਟੁੱਟਾ ਆਇਆ ਸੀਗਾ। ਓਕੇ, ਇਹਨੂੰ ਆਪਾਂ ਨਵੇਂ ਬੋਰਡ ਦੇ ਵਿੱਚ ਪਾਇਆ, ਇਹਦਾ ਸੀਪੀਯੂ ਨਿਕਾਲ ਕੇ, ਇਹਦਾ ਹਾਰਡ ਡਿਸਕ ਨਿਕਾਲ ਕੇ ਆਪਾਂ ਨਵੇਂ ਬੋਰਡ 'ਚ ਪਾਇਆ, ਇਹਨੂੰ ਬਿਲਕੁਲ ਉਹਦਾ ਡਾਟਾ ਵੀ ਬਚ ਗਿਆ, ਕਸਟਮਰ ਦਾ ਸੈੱਟ ਵੀ ਬਿਲਕੁਲ ਓਕੇ ਹੋ ਗਿਆ, ਹੈਂਡ ਸੈੱਟ ਬਿਲਕੁਲ ਨਿਊ ਬਣਾ ਤਾ। ਹਾਂਜੀ, ਬਸ ਇਹਨੂੰ ਹੁਣ ਜੋੜਨਾ ਹੀ ਹੈ, ਅੱਜ ਕੱਲ੍ਹ ਜਿਹੜੇ ਫੋਨ ਆਉਂਦੇ ਡਬਲ ਲੇਅਰ ਪੀਸੀ ਵੀ ਆਉਂਦੀ, ਇਹਨੂੰ ਜੋੜਨਾ ਹੀ ਹੈ। ਓਕੇ, ਤੇ ਇਹਨੂੰ ਜੋੜ ਕੇ ਤੇ ਕਸਟਮਰ ਨੂੰ ਹੈਂਡਓਵਰ ਕਰਨਾ। ਬੜਾ ਮਾਈਕਰੋ ਜਿਹਾ ਕੰਮ ਹੈ ਇਹ। ਬਿਲਕੁਲ ਬਿਲਕੁਲ ਜੀ, ਬਹੁਤ ਬਰੀਕੀ ਦਾ ਕੰਮ ਹੈ ਜੀ ਕਰਦੇ। ਉਸ ਤੋਂ ਇਲਾਵਾ ਆਪਣੇ ਕੋਲ ਸਟੂਡੈਂਟਸ ਵੀ ਨੇ ਕੰਮ ਸਿੱਖਣ ਆਉਂਦੇ, ਜਿਹੜੇ ਕੋਈ ਅਬਰੋਡ ਤੋਂ ਆ ਰਿਹਾ, ਕੋਈ ਬਾਹਰੋਂ ਆ ਰਿਹਾ, ਜਿਹੜੇ ਤੁਸੀਂ ਟ੍ਰੇਨਡ ਕਰਦੇ ਹੋ ਸਟੂਡੈਂਟਸ। ਹਾਂਜੀ ਹਾਂਜੀ, ਉਹ ਲਈ ਆਈਫੋਨ ਦਾ ਰਿਪੇਅਰ ਦਾ ਆਪਣਾ ਸਿਖਾਉਣ ਦਾ ਵੀ ਹੈਗਾ ਨਾਲ। ਆਪਣੇ ਕਿਹੜੀ ਲੱਗੀ ਹੈ ਸਾਹਮਣੇ ਦਾ ਕੰਮ ਸਿਖਾਈ ਦਾ, ਮੈਂ ਸਾਹਮਣੇ ਨਹੀਂ ਰਹਿਣਾ ਜੀ, ਮੇਰੇ ਸਟੂਡੈਂਟ ਨੇ ਜਿਵੇਂ ਕਿਤਾ ਠੀਕ ਹੋ, ਜੋਧਪੁਰ ਤੋਂ ਆ, ਇਹ ਸਟੂਡੈਂਟ ਮੇਰਾ ਫਰਾਂਸ ਤੋਂ ਆ। ਓਕੇ ਠੀਕ ਹੈ ਜੀ, ਇਹ ਭਾਜੀ ਐਮਪੀ ਤੋਂ ਆਏ ਨੇ। ਓਕੇ ਠੀਕ ਹੈ ਜੀ, ਇਹ ਭਾਜੀ ਚੰਬੇ ਤੋਂ ਆਏ ਨੇ, ਹਿਮਾਚਲ ਤੋਂ, ਇਹ ਆਪਣੇ ਲੋਕਲ ਨੇ ਇੱਥੋਂ ਦੇ। ਠੀਕ ਹੈ ਜੀ, ਇਹ ਮੇਰਾ ਵਰਕਿੰਗ ਸਟਾਫ ਹੈ ਇੱਧਰ ਸਾਰਾ, ਮੇਰਾ ਇੱਕੋ ਬੈਂਚ ਲੱਗਾ ਲਾਸਟ ਤੇ, ਉੱਥੇ ਐਂਡਰੋਇਡ ਦਾ ਕੰਮ ਚੱਲਦਾ ਸਾਰਾ। ਐਪਲ ਦੇ ਨਾਲ ਨਾਲ ਤੁਸੀਂ ਐਂਡਰੋਇਡ ਦਾ ਵੀ ਕੰਮ ਕਰ ਰਹੇ ਹੋ, ਪਲੱਸ ਜਿੰਨੇ ਵੀ ਟੂਲਸ ਚਾਹੀਦੇ ਹੁੰਦੇ ਨੇ ਹਾਰਡਵੇਅਰ ਦੇ ਲਈ, ਹਰ ਚੀਜ਼ ਵਾਸਤੇ ਪ੍ਰੋਫੈਸ਼ਨਲ ਟੂਲਸ ਚਾਹੀਦੇ ਨੇ। ਸਮੈਟਿਕ ਡਾਇਗ੍ਰਾਮ ਰੀਡਿੰਗ ਹਰ ਚੀਜ਼ ਆਪਾਂ ਕਰਵਾਈ ਦੀ ਹੈ ਨਾਲ ਨਾਲ। ਓਕੇ, ਡਾਇਗ੍ਰਾਮ ਰੀਡ ਕਰਕੇ ਹੀ ਆਪਾਂ ਕੰਮ ਕਰਨਾ, ਉੱਦਾਂ ਨਹੀਂ ਕਰਨਾ, ਕੋਈ ਇਹ ਨਹੀਂ ਕਿ ਜਿੱਥੋਂ ਮਰਜ਼ੀ ਕੋਈ ਚੀਜ਼ ਆਈਸੀ ਉਤਾਰਤਾ ਲਗਾਤਾ ਜੀ, ਇਹੋ ਜਿਹਾ ਕੰਮ ਕੋਈ ਨਹੀਂ ਹੈਗਾ। ਜਿਵੇਂ ਕਸਟਮਰ ਦੀ ਕੁਝ ਡਿਮਾਂਡਸ ਹੁੰਦੀਆਂ ਨੇ ਕਿ ਸਾਡਾ ਸੈੱਟ ਜਿਹੜਾ ਵਾ
ਹੈ ਉਹਦੇ ਵਿੱਚ ਪ੍ਰੋਬਲਮ ਹੈ ਤੁਸੀਂ ਉਹਨੂੰ ਡਾਇਗਨੋਸ ਕਰਦੇ ਹੋ ਤੁਸੀਂ ਉਹ ਚੀਜ਼ ਨੂੰ ਮੈਂਸ਼ਨ ਕਰਦੇ ਹੋ ਨਾ ਹਾਂਜੀ ਹਾਂਜੀ ਕਸਟਮਰ ਨੂੰ ਪਹਿਲਾਂ ਦੱਸੀਦਾ ਡਾਇਗਨੋਸ ਕਰਕੇ 5-10 ਮਿੰਟ ਲਈਦੇ ਉਹਨਾਂ ਕੋਲ ਫਿਰ ਉਹਨਾਂ ਨੂੰ ਡਾਇਗਨੋਸ ਕਰਕੇ ਦੱਸੀਦਾ ਕਿ ਕੀ ਪ੍ਰੋਬਲਮ ਹੈਗੀ ਉਹਦੇ ਫੋਨ 'ਚ ਫਿਰ ਉਹਨਾਂ ਨੂੰ ਪ੍ਰੋਪਰ ਸੋਲੂਸ਼ਨ ਦੱਸੀਦਾ ਕਿ ਇਹਦਾ ਸੋਲੂਸ਼ਨ ਹੈ ਤੇ ਇਹ ਉਹਦੇ ਤੇ ਖਰਚਾ ਆਏਗਾ ਓਕੇ ਓਕੇ ਕਸਟਮਰ ਦੇ ਮਾਈਂਡ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਸੈੱਟ ਹੈ ਉਹਦੇ ਵਿੱਚ ਡਾਟਾ ਵਾ ਡਾਟਾ ਦੀ ਪ੍ਰਾਇੋਰਟੀ ਸਭ ਤੋਂ ਪਹਿਲਾਂ ਕਸਟਮਰ ਆਂਦਾ ਉਹਨੂੰ ਪਹਿਲਾਂ ਪੁੱਛੀਦਾ ਭਾਜੀ ਡਾਟਾ ਤੁਹਾਡਾ ਇੰਪੋਰਟੈਂਟ ਹੈ ਜੀ ਕਿਉਂਕਿ ਕਈ ਫੋਨਸ ਨੂੰ ਰਿਪੇਅਰ ਕਰਨ ਤੋਂ ਬਾਅਦ ਫਲੈਸ਼ ਕਰਨਾ ਪੈਂਦਾ ਜੀ ਤੇ ਕਸਟਮਰ ਨੂੰ ਪਹਿਲਾਂ ਪੁੱਛੀਦਾ ਕਿ ਸਰ ਅਗਰ ਤੁਹਾਡਾ ਫੋਨ 'ਚ ਡਾਟਾ ਇੰਪੋਰਟੈਂਟ ਹੈਗਾ ਤੇ ਸਾਨੂੰ ਪਹਿਲਾਂ ਦੱਸ ਦਿਓ ਕਿ ਅਸੀਂ ਉਹਨੂੰ ਫਲੈਸ਼ ਨਾ ਕਰੀਏ ਫਿਰ ਉਹਨੂੰ ਆਪਾਂ ਜਿੰਨਾ ਕੀ ਹਾਰਡਵੇਅਰ 'ਚ ਹੋ ਸਕਦਾ ਆਪਾਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਉਹਦਾ ਡਾਟਾ ਨਹੀਂ ਬਚਣਾ ਫਿਰ ਉਹਨੂੰ ਫਲੈਸ਼ ਕਰਦੇ ਹਾਂ ਉਦਾਂ ਨਹੀਂ ਕਿ ਆਪਾਂ ਕਿ ਐਵੇਂ ਫਲੈਸ਼ ਕਰਤਾ ਤੇ ਬਾਅਦ 'ਚ ਕਸਟਮਰ ਕਹੇ ਮੇਰਾ ਡਾਟਾ ਕਿੱਥੇ ਗਿਆ ਹਾਂਜੀ ਹੈਨਾ ਕਸਟਮਰ ਦੀ ਮਾਈਂਡ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜਾ ਉਹਦਾ ਫੋਨ ਹੈ ਕਿਸੇ ਐਕਸਪੀਰੀਅੰਸ ਵਾਲੇ ਬੰਦੇ ਕੋਲੋਂ ਬਿਲਕੁਲ ਬਿਲਕੁਲ ਜੀ ਤੁਹਾਨੂੰ ਇਸ ਲਾਈਨ ਦਾ ਕਿੰਨਾ ਕੁ ਐਕਸਪੀਰੀਅੰਸ ਹੈਗਾ ਹੈ ਸਰ ਮੈਨੂੰ 21 ਇਅਰ ਦਾ ਐਕਸਪੀਰੀਅੰਸ ਹੋ ਗਿਆ ਹੈ ਇਅਰ ਦੇ ਵਿੱਚ 21 ਸਾਲ ਹੋ ਗਏ ਨੇ 2001 ਦੇ ਵਿੱਚ ਮੈਂ ਇਸ ਲਾਈਨ ਦੇ ਵਿੱਚ ਆਇਆ ਸੀਗਾ ਜੀ 2022 ਸਾਲ ਹਾਂਜੀ ਉਦੋਂ ਮੇਰੀ ਉਮਰ 14 ਸਾਲ ਸੀ ਅੱਜ ਮੇਰੀ ਉਮਰ 34 ਸਾਲ ਹੈ ਤੇ ਟੈਕਨੋਲੋਜੀ ਵਾਈਜ਼ ਤੁਸੀਂ ਟੈਕਨੋਲੋਜੀ ਪਹਿਲਾਂ ਇਸ ਲਾਈਨ ਦੇ ਵਿੱਚ ਪਹਿਲਾਂ ਐਂਟੀਨੇ ਵਾਲੇ ਫੋਨ ਸੀਮਨਸ ਦੇ ਨੋਕੀਆ ਮਟਰੋਲਾ ਪੈਨਾਸੋਨਿਕ ਉਸ ਤੋਂ ਬਾਅਦ ਆਏ ਚਾਈਨੀਜ਼ ਫਿਰ ਹੁਣ ਆਈਫੋਨ ਇਹ ਹਰ ਐਕਸਪੀਰੀਅੰਸ ਨੂੰ ਆਪਾਂ ਲੈ ਕੇ ਚੱਲੇ ਨਾਲ ਨਾਲ ਹਾਂਜੀ ਨਾਲ ਜੀ ਬਿਲਕੁਲ ਬਿਲਕੁਲ ਚਾਹੀਦੀ ਹੁੰਦੀ ਆ ਤੁਸੀਂ ਬਿਲਕੁਲ ਬਿਲਕੁਲ ਪ੍ਰੋਫੈਸ਼ਨਲ ਟੂਲ ਸਰ ਦੇਖੋ ਤੁਸੀਂ ਇੱਕ ਇੱਕ ਮਾਈਕਰੋਸਕੋਪ 20,000 ਰੁਪਏ ਦਾ ਮਾਈਕਰੋਸਕੋਪ ਆ ਜਿੱਥੇ ਆਪਾਂ ਕੰਮ ਸਿਖਾਈਦਾ ਸਟੂਡੈਂਟ ਨੂੰ ਜੀ 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 ਠੀਕ ਹੈ ਤੇ ਇੱਕ ਸਟੂਡੈਂਟ ਵੀ ਕੰਮ ਸਿੱਖਦਾ ਉਹਨਾਂ ਹਰ ਸਟੂਡੈਂਟ ਵਾਸਤੇ ਪ੍ਰੋਪਰ ਬੈਂਚ ਬਣਿਆ ਉਹਦਾ ਆਪਣਾ ਨੇ ਜਿੰਨਾ ਜਿਹੜਾ ਮਹੀਨਾ ਇੱਥੇ ਰਹਿਣਾ ਉਹਨੇ ਆਪਣੇ ਬੈਂਚ ਤੇ ਕੰਮ ਕਰਨਾ ਓਕੇ 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 ਠੀਕ ਹੈ ਕਸਟਮਰ ਆਂਦਾ ਉਹਨਾਂ ਡੀਲਿੰਗ ਉਧਰ ਹੋਣੀ ਹੈ ਸਟੂਡੈਂਟ ਦਾ ਕੰਮ ਇੱਧਰ ਚੱਲਣਾ ਜੀ ਜਿਹੜੀ ਵੀ ਡੀਲਿੰਗ ਹੋਣੀ ਹੈ ਆਪਣੀ ਕਸਟਮਰ ਦੀ ਇੱਥੇ ਹੋਣੀ ਹੈ ਕਸਟਮਰ ਦੇ ਸਾਹਮਣੇ ਦੇਖੋ ਕੋਈ ਓਲਾ ਨਹੀਂਗਾ ਆਪਣਾ ਕਸਟਮਰ ਇੱਥੋਂ ਐਂਟਰ ਕੀਤਾ ਕਿ ਸਾਹਮਣੇ ਕੰਮ ਤੇ ਕੰਮ ਹੋ ਰਿਹਾ ਤੁਹਾਡਾ ਜਿਵੇਂ ਕਸਟਮਰ ਤੁਹਾਡੇ ਕੋਲ ਆਉਂਦਾ ਹੈ ਨਾ ਜਿਵੇਂ ਕਈ ਵਾਰੀ ਕਸਟਮਰ ਨੂੰ ਇੱਦਾਂ ਹੁੰਦਾ ਕਿ ਉਹਦਾ ਫਾਲਟ ਜਿਹੜਾ ਡਿਟੈਕਟ ਨਹੀਂ ਹੁੰਦਾ ਜਾਂ ਕਿਸੇ ਛੋਟੇ ਦੁਕਾਨਦਾਰ ਤੋਂ ਪਹਿਲਾਂ ਹੋ ਕੇ ਆਉਂਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਕਸਟਮਰ ਨੂੰ ਖੁਦ ਸੋਚਣਾ ਚਾਹੀਦਾ ਕਿ ਮੈਂ ਕਿਸ ਰਿਲਾਇਬਲ ਦੁਕਾਨਦਾਰ ਨੂੰ ਫੋਨ ਦੇਣਾ ਜੀ ਕਈ ਦੁਕਾਨਦਾਰ ਐਸੇ ਹੁੰਦੇ ਨੇ ਜਿਨ੍ਹਾਂ ਦਾ ਸੇਲ ਪਰਚੇਜ਼ ਦਾ ਕੰਮ ਹੁੰਦਾ ਜਾਂ ਸੈਕਿੰਡ ਹੈਂਡ ਦਾ ਕੰਮ ਹੁੰਦਾ ਕਸਟਮਰ ਉਹਨਾਂ ਦਾ ਨੋਨ ਹੁੰਦਾ ਤੇ ਉਹਨਾਂ ਨੂੰ ਹੀ ਫੋਨ ਫੜਾ ਦਿੰਦਾ ਕਿ ਭਾਜੀ ਮੇਰਾ ਠੀਕ ਕਰਾ ਦਿਓ ਹਾਂਜੀ ਹਾਂਜੀ ਉਹ ਕਿਸੇ ਦੁਕਾਨਦਾਰ ਤੋਂ ਦਿੰਦੇ ਉਹ ਫਿਰ ਸਾਡੇ ਕੋਲ ਲੈ ਕੇ ਆਉਂਦੇ ਇੱਥੇ ਕਿ ਭਾਜੀ ਇਹ ਫੋਨ ਠੀਕ ਕਰ ਦਿਓ ਫਿਰ ਉਹਨਾਂ ਕੋਲ ਜਾਂਦਾ ਫਿਰ ਉਹਨਾਂ ਕੋਲ ਜਾਂਦਾ ਕਸਟਮਰ ਕੋਲ ਰਿਟੇਲ ਵਾਪਸ ਵੀ ਕਿ ਕਹਿੰਦਾ ਭਾਈ ਮੈਂ ਵਿੱਚ ਵਿਚੋਲੇ ਕਾਫੀ ਬਣ ਜਾਂਦੇ ਨੇ ਤੇ ਆਪਾਂ ਚਾਹੁੰਦੇ ਆ ਕਿ ਸਾਡੇ ਕੋਲ ਕਸਟਮਰ ਜਿਹੜਾ ਆਂਦਾ ਨਾ ਰਿਟੇਲ ਦਾ ਡਾਇਰੈਕਟ ਆਵੇ ਜਿਹਦੇ ਨੂੰ ਆਪਾਂ ਪ੍ਰਾਇੋਰਟੀ ਤੇ ਕੰਮ ਕਰੀਏ ਉਹਨਾਂ ਦਾ ਜੀ ਰਿਟੇਲ ਦਾ ਆਪਣਾ ਕਾਊਂਟਰ ਹੈ ਆਪਣਾ ਅੱਗੇ ਫਰੰਟ ਤੇ ਕਿ ਉਹਨੂੰ ਪ੍ਰਾਇੋਰਟੀ ਦਾ ਕੰਮ ਕਰੀਏ ਕਿ ਉਹਦਾ ਕੰਮ ਪ੍ਰੋਪਰ ਤਰੀਕੇ ਨਾਲ ਹੋਵੇ ਉਹਨੂੰ ਫਾਲਟ ਡਾਇਗਨੋਸ ਕਰਕੇ ਉਹਨੂੰ ਸਾਹਮਣੇ ਦੱਸੀਏ ਕਿ ਐਸਟੀਮੇਟ ਹੈ ਕਿੰਨਾ ਟਾਈਮ ਲੱਗੇਗਾ ਇਹ ਨਹੀਂ ਕਿ ਅੱਜ ਲੈ ਜਾਓ ਭਾਜੀ ਕੱਲ ਲੈ ਜਾਓ ਕੱਲ ਲੈ ਜਾਓ ਪਰਸੋਂ ਲੈ ਜਾਓ ਕੰਮ ਨਹੀਂ ਉਹਨੂੰ ਟ੍ਰਾਂਸਪੇਰੈਂਸੀ ਹੋ ਗਈ ਨਾਲੇ ਤਾਂ ਉਹਨੂੰ ਐਕਚੁਅਲ ਫਾਲਟ ਦਾ ਪਤਾ ਹੋਊਗਾ ਜੀ 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 ਸੈਕਿੰਡਲੀ ਸਾਹਮਣੇ ਉਹਦੇ ਕੰਮ ਹੋਊਗਾ ਥਰਡ ਹੈ ਕਿ ਮਤਲਬ ਵਿੱਚ ਵਿਚਾਲੇ ਵਾਲਾ ਕੰਮ ਨਹੀਂ ਡਾਇਰੈਕਟ ਉਹਨੂੰ ਪਤਾ ਹੋਊਗਾ ਕਿਉਂਕਿ ਉਹਨਾਂ ਨੂੰ ਦੁਕਾਨਦਾਰਾਂ ਨੂੰ ਨੌਲੇਜ ਹੀ ਨਹੀਂ ਹੁੰਦੀ ਉਹ ਕਸਟਮਰ ਨੂੰ ਦੱਸ ਹੀ ਨਹੀਂ ਪਾਉਂਦੇ ਕਿ ਇਹ ਕੀ ਪ੍ਰੋਬਲਮ ਹੈਗੀ ਉਹਦੇ ਅਸੇ ਟੂਲਸ ਚਾਹੀਦੇ ਆ ਜਿਹੜੇ ਆਪਾਂ ਯੂਜ਼ ਕਰਦੇ ਆ ਉਹਦੇ ਅਸੇ ਸਿਮੈਟਿਕ ਡਾਇਗਰਾਮ ਚਾਹੀਦਾ ਰੀਡਿੰਗ ਚਾਹੀਦੀ ਆ ਹਰ ਚੀਜ਼ ਨੂੰ ਪੜ੍ਹਨਾ ਕਿੱਦਾਂ ਦੋ ਚ ਫਾਲਟ ਡਾਇਗਨੋਸ ਹੋਣਾ ਵਾ ਕਿਹੜੀ ਚੀਜ਼ ਦੀ ਪ੍ਰੋਬਲਮ ਆ ਕਿਹੜੀ ਲਾਈਨ ਸ਼ਾਰਟ ਆ ਉਹ ਸਭ ਦੱਸਣਾ ਪੈਂਦਾ ਕਸਟਮਰ ਨੂੰ ਕਿਉਂਕਿ ਕਸਟਮਰ ਹੀ ਅੱਜ ਕੱਲ੍ਹ ਪੜ੍ਹਿਆ ਲਿਖਿਆ ਹਰ ਚੀਜ਼ ਯੂਟਿਊਬ ਤੇ ਕਸਟਮਰ ਸਰਚ ਮਾਰਦਾ ਅਸੀਂ ਜੇ ਕਸਟਮਰ ਨੂੰ ਕਹਾਂਗੇ ਨਾ ਕਿ ਸਰ ਇਹ ਚਾਰਜਿੰਗ ਆਈਸੀ ਦੀ ਪ੍ਰੋਬਲਮ ਹੈ ਤੇ ਉਹ ਲਿਖ ਲੈਂਦੇ ਕਸਟਮਰ ਕਿ 7 ਚਾਰਜਿੰਗ ਆਈਸੀ ਯੂਟਿਊਬ ਤੇ ਜਾਂ ਗੂਗਲ ਤੇ ਸਰਚ ਮਾਰਦੇ ਅੱਜ ਕੱਲ੍ਹ ਸਭ ਹਰ ਬੰਦਾ ਪੜ੍ਹਿਆ ਲਿਖਿਆ ਨਾਲੇ ਜੋ ਪਹਿਲਾਂ ਹੀ ਹਾਂਜੀ 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 ਅੱਜ ਕੱਲ੍ਹ ਤੁਹਾਨੂੰ ਪਤਾ ਹੀ ਉੱਤੇ ਐਕਸਪੀਰੀਅੰਸ ਕਾਊਂਟ ਹੁੰਦਾ ਹੈ ਬਿਲਕੁਲ ਬਿਲਕੁਲ ਐਕਸਪੀਰੀਅੰਸ ਕਾਊਂਟ ਹੁੰਦਾ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿਹੜਾ ਵੀ ਮੋਬਾਈਲ ਠੀਕ ਕਰਨਾ ਐਕਸਪੀਰੀਅੰਸ ਬਿਲਕੁਲ ਬਿਲਕੁਲ ਜਿਵੇਂ ਤੁਹਾਨੂੰ 21 ਸਾਲ ਦਾ ਐਕਸਪੀਰੀਅੰਸ ਦਾ ਸੇਮ ਲਾਈਨ ਦੇ ਹਾਂਜੀ ਹਾਂਜੀ ਈਵਨ ਤੁਹਾਡੇ ਕੋਲ ਸਟੂਡੈਂਟ ਸਿੱਖਣ ਵੀ ਆਉਂਦੇ ਹਾਂਜੀ 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 ਤੇ ਜਿਵੇਂ ਹੁਣ ਆ ਤੁਹਾਡੀ ਅਸੀਂ ਵੀਡੀਓ ਬਣਾਈ ਹੈ ਠੀਕ ਹੈ ਤੁਹਾਡੇ ਟੂਲਸ ਵੀ ਦਿਖਾਏ ਨੇ ਐਕਸਪੀਰੀਅੰਸ ਸਟਾਕ ਵੀ ਦਿਖਾਇਆ ਪਲੱਸ ਤੁਹਾਡਾ ਸੈਟਅਪ ਦਿਖਾਇਆ ਤੇ ਐਕਸਪੀਰੀਅੰਸ ਬਾਰੇ ਵੀ ਜਾਣਕਾਰੀ ਲਈ ਹੈ ਨਾ ਹਾਂਜੀ ਹਾਂਜੀ ਉਹ ਦੇਖਣ ਤੋਂ ਬਾਅਦ ਕਸਟਮਰ ਤੁਹਾਡੇ ਕੋਲ ਪਹੁੰਚਦਾ ਕਿ ਸਰ ਤੁਹਾਡੀ ਅਸੀਂ ਵੀਡੀਓ ਦੇਖੀ ਸੀਗਾ ਜੀ ਜੀ ਤੇ ਉਹਨਾਂ ਨੂੰ ਕੀ ਬੈਨੀਫਿਟ ਹੋਊਗਾ ਤੁਹਾਡੇ ਕੋਲ ਪਹੁੰਚਣ ਸਰ ਉਹਨਾਂ ਨੂੰ ਇਹੀ ਬੈਨੀਫਿਟ ਹੋਏਗਾ ਕਿ ਉਹਨਾਂ ਨੂੰ ਪਹਿਲੀ ਪ੍ਰਾਇੋਰਟੀ ਦਾ ਕੰਮ ਹੋਏਗਾ ਉਹਨਾਂ ਦਾ ਜੀ ਉਹਨਾਂ ਨੂੰ ਪ੍ਰੋਪਰ ਦੱਸਿਆ ਜਾਏਗਾ ਕਿ ਸਰ ਇਹ ਚੀਜ਼ ਇੱਥੇ ਪ੍ਰੋਬਲਮ ਹੈਗੀ ਇਹਨੂੰ ਇਸ ਤਰ੍ਹਾਂ ਠੀਕ ਹੋਣਾ ਤੇ ਇੰਨਾ ਟਾਈਮ ਲੱਗਣਾ ਇੰਨੀ ਦੇਰ ਵਿੱਚ ਇੰਨੇ ਵਜੇ ਆ ਕੇ ਫੋਨ ਲੈ ਜਾਓ ਤੇ ਉੰਨੇ ਵਜੇ ਰੈਡੀ ਹੋਏਗਾ ਫੋਨ ਪ੍ਰਾਇੋਰਟੀਜ਼ ਦੇ ਨਾਲ ਨਾਲ ਉਹਨੂੰ ਟ੍ਰਾਂਸਪੇਰੈਂਸੀ ਹੋਊਗੀ ਬਿਲਕੁਲ ਬਿਲਕੁਲ ਤੁਹਾਡਾ ਭਰੋਸਾ ਹੋਊਗਾ ਜਿਵੇਂ ਕਿ ਵੈਬਸਾਈਟ ਜਿਹੜੀ ਹੈ ਐਸਟੀਮੇਟ ਵਾਲੇ ਆਪਣੀ ਦੁਕਾਨ ਦੇ ਉੱਤੇ ਗਰੰਟੀ ਹੈ ਕਿ ਹਾਂ ਵੀ ਕਸਟਮਰ ਦਾ ਸਮਾਨ ਕੋਈ ਇੱਧਰ ਉੱਧਰ ਨਹੀਂ ਹੋਏਗਾ ਇਸ ਚੀਜ਼ ਦੀ ਅਸੀਂ ਗਰੰਟੀ ਕਸਟਮਰ ਦੇ ਸਾਈਨ ਬਕਾਇਦਾ ਅਸੀਂ ਕਰਾਈ ਦੇ ਹਰ ਚੀਜ਼ ਤੇ
ਬਿਲਕੁਲ ਬਿਲਕੁਲ ਅੱਜ ਅਸੀਂ ਆਏ ਸੀ ਮਿਸਟਰ ਗਗਨ ਜੀ ਕੋਲੇ ਸਰ ਇੱਕ ਵਾਰੀ ਵਿਊਅਰਸ ਨੂੰ ਆਪਣਾ ਐਡਰੈਸ ਕਨਫਰਮ ਕਰਾ ਦਿਓ ਤਾਂ ਕਿ ਆਪਣੀ ਸ਼ਾਪ ਹੈ ਜੀ 26 ਨੰਬਰ ਸ਼ਾਪ ਹੈ ਫਸਟ ਫਲੋਰ ਤੇ ਲਿਬਰਟੀ ਮਾਰਕੀਟ ਲਿੰਕ ਰੋਡ ਨੀਅਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਅਸੀਂ ਆਏ ਸੀਗੇ ਜੀ ਲਿਬਰਟੀ ਮਾਰਕੀਟ ਦੇ ਵਿੱਚ ਸ਼ਾਪ ਨੰਬਰ ਹੈਗਾ ਜੀ 26 ਤੇ ਸ਼ਾਪ ਦਾ ਨਾਮ ਹੈਗਾ ਜੀ ਆਈ ਟੀਮ ਜਿਹਦੇ ਵਿੱਚ ਐਪਲ ਦੀ ਕੋਈ ਵੀ ਪ੍ਰੋਬਲਮ ਹੈ ਕੋਈ ਵੀ ਹੈਂਡਸੈਟ ਹੈ ਉਹਦੀ ਪ੍ਰੋਬਲਮ ਦਾ ਸਲਿਊਸ਼ਨ ਇਹਨਾਂ ਕੋਲ ਹੋ ਸਕਦਾ ਹੈ ਅਤੇ ਜੇ ਤੁਹਾਡੇ ਕੋਲ ਵੀ ਅਪਡੇਟਡ ਟੂਲਸ ਐਂਡ ਟੈਕਨੋਲੋਜੀਸ ਹੈ ਤੁਹਾਡੀ ਵੀ ਮੋਬਾਈਲ ਰਿਪੇਅਰ ਸ਼ੋਪ ਹੈ ਤੁਸੀਂ ਵੀ ਵੈਰੀਫਾਈ ਹੋਣਾ ਚਾਹੁੰਦੇ ਹੋ ਐਸਟੀਮੇਟ ਵਾਲੇ ਟੀਮ ਦੇ ਨਾਲ ਤਾਂ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਲੌਗਇਨ ਕਰਨਾ ਹੈ ਰਜਿਸਟਰ ਕਰਨਾ ਹੈ ਐਸਟੀਮੇਟ ਵਾਲੇ .com ਦੇ ਉੱਤੇ ਪਲੱਸ ਜੇ ਤੁਸੀਂ ਯੂਜ਼ਰ ਹੋ ਤੁਹਾਡੇ ਮੋਬਾਈਲ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਤੁਹਾਡਾ ਫੋਨ ਡੈਡ ਹੈ ਜਾਂ ਤੁਹਾਡੇ ਮੋਬਾਈਲ ਦੇ ਵਿੱਚ ਕੋਈ ਵੀ ਪ੍ਰੋਬਲਮ ਡਿਟੈਕਟ ਹੁੰਦੀ ਹੈ ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾਣਾ ਐਸਟੀਮੇਟ ਵਾਲੇ ਅਤੇ ਉਹਦੇ ਉੱਤੇ ਆਪਣੀ ਪ੍ਰੋਬਲਮ ਸ਼ੇਅਰ ਕਰਨੀ ਹੈ ਉਹਦੇ ਉੱਤੇ ਤੁਹਾਨੂੰ ਐਸਟੀਮੇਟਡ ਪ੍ਰਾਈਜ਼ ਆ ਜਾਏਗਾ ਪਲੱਸ ਤੁਸੀਂ ਲੋਕੇਸ਼ਨ ਐਂਟਰ ਕਰਨ ਤੋਂ ਬਾਅਦ ਲਾਈਕ ਜਿਵੇਂ ਅਸੀਂ ਅੱਜ ਅੰਮ੍ਰਿਤਸਰ ਆਏ ਹਾਂ ਅਤੇ ਤੁਸੀਂ ਅੰਮ੍ਰਿਤਸਰ ਲਿਖਣ ਤੋਂ ਬਾਅਦ ਤੁਹਾਡੇ ਕੋਲ ਐਕਸਪੀਰੀਅੰਸ ਸਟਾਫ ਜਿਹੜੇ ਵੈਰੀਫਾਈਡ ਸ਼ੋਪਸ ਹੈ ਉਹਨਾਂ ਦੀ ਬਕਾਇਦਾ ਵੀਡੀਓ ਅਤੇ ਲੋਕੇਸ਼ਨ ਆ ਜਾਊਗੀ ਤੁਸੀਂ ਉਹਨਾਂ ਤੱਕ ਪਹੁੰਚੋਗੇ ਅਤੇ ਤੁਹਾਡਾ ਹੈਂਡਸੈਟ ਜਿਹੜਾ ਬਿਲਕੁਲ ਨਵਾਂ ਬਣ ਜਾਏਗਾ ਥੈਂਕ ਯੂ ਸੋ ਮੱਚ